ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰਿਆਂ ਨੇ ਚੜ੍ਹਦੀ ਕਲਾ 'ਚ ਹੋਗੇ ਤੰਦਰੁਸਤ ਹੋਗੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਹੋਗੇ ਕੋਰਸ ਰੈਲੇਵੈਂਸੀ ਦੀ ਗੱਲ ਕਰਦੇ ਹਾਂ ਅੱਜ ਉਹ ਸਟੂਡੈਂਟਸ ਬਾਰੇ ਗੱਲ ਕਰਾਂਗੇ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਨੇ ਟਵੈਲਥ ਕੀਤੀ ਹੈ ਐਂਡ ਆਪਣੀ ਜ਼ਿੰਦਗੀ ਦੇ ਵਿੱਚ ਐਜ਼ ਅ ਨਰਸ ਕੰਮ ਕਰਨਾ ਚਾਹੁੰਦੇ ਸੋ ਜਿਹੜੇ ਸਟੂਡੈਂਟ 12ਵੀਂ ਪ੍ਰੈਕਟੀਕਲ ਨਰਸਿੰਗ ਦੇ ਵਿੱਚ ਕਰਨਾ ਚਾਹੁੰਦੇ ਨੇ ਜਿਹੜੇ ਸਟੂਡੈਂਟ ਆਪਣਾ ਕਰੀਅਰ ਐਜ਼ ਅ ਨਰਸ ਦੇਖਦੇ ਆ ਕੈਨੇਡਾ ਦੇ ਵਿੱਚ ਜਨਵਰੀ 2022 ਇਨਟੇਕ ਵਾਸਤੇ ਕੈਨੇਡਾ ਜਾ ਕਰਕੇ ਨਰਸਿੰਗ ਦਾ ਕੋਰਸ ਕਰਨਾ ਚਾਹੁੰਦੇ ਇੱਕ ਬਹੁਤ ਵੱਡੀ ਮਿਥ ਮਾਰਕੀਟ ਦੇ ਵਿੱਚ ਬੋਲੀ ਜਾਂਦੀ ਹੈ ਕਿ ਜੀ ਤੁਹਾਡੇ ਕੋਲ ਬੈਕਗ੍ਰਾਉਂਡ GNM ANM ਹੋਣਾ ਚਾਹੀਦਾ ਫਿਰ ਹੀ ਤੁਸੀਂ ਪ੍ਰੈਕਟੀਕਲ ਨਰਸਿੰਗ ਵਾਸਤੇ ਜਾ ਸਕਦੇ ਹੋ ਨਹੀਂ ਤਾਂ ਤੁਹਾਡੀ ਕੋਰਸ ਰੈਲੇਵੈਂਸੀ ਨਹੀਂ ਬਣਦੀ ਸੋ ਮੈਨੂੰ ਨਹੀਂ ਪਤਾ ਕਹਿੰਦੇ ਕਿ ਵੀ ਇਹ ਟਰੂ ਹੈ ਕਿ ਅਨਟਰੂ ਹੈ ਮੈਂ ਤੁਹਾਨੂੰ ਅੱਜ ਦਾ ਜਿਹੜਾ ਟੌਪਿਕ ਹੈ ਇੱਦਾਂ ਜੇਕਰ ਮੇਰੀ ਸਕਰੀਨ ਤੁਸੀਂ ਦੇਖੋਗੇ ਜੇਕਰ ਤੁਸੀਂ ਪ੍ਰੈਕਟੀਕਲ ਨਰਸਿੰਗ ਦਾ ਕੋਰਸ ਕਰਨਾ ਚਾਹੁੰਦੇ ਹੋ ਕੈਨੇਡਾ ਜਨਵਰੀ 2022 ਇਨਟੇਕ ਵਾਸਤੇ ਅਵੇਲੇਬਲ ਹੈ ਮੈਨੂੰ ਇਹ 'ਚ ਕਰੀਅਰ ਆਊਟਕਮ ਦੱਸਣ ਦੀ ਜ਼ਰੂਰਤ ਹੀ ਨਹੀਂ ਹੈ ਸਾਰਿਆਂ ਨੂੰ ਪਤਾ ਕਿ ਵੀ ਨਰਸ ਦਾ ਕੰਮ ਜਿਹੜਾ ਉਹ ਕੀ ਹੁੰਦਾ ਨਰਸ ਦਾ ਕੰਮ ਡਾਕਟਰਸ ਦੇ ਨਾਲ ਰਹਿ ਕਰਕੇ ਕੰਮ ਕਰਨਾ ਹੁੰਦਾ ਨਰਸ ਦਾ ਕੰਮ ਆਪਣੇ ਪੇਸ਼ੈਂਟਸ ਦੀ ਕੇਅਰ ਕਰਨਾ ਹੁੰਦਾ ਜੇਕਰ ਤੁਸੀਂ ਵੀ ਕੈਨੇਡਾ ਜਾ ਕਰਕੇ ਨਰਸ ਬਣਨਾ ਚਾਹੁੰਦੇ ਹੋ ਤਾਂ ਤੁਹਾਡੇ ਵਾਸਤੇ ਬੈਸਟ ਕੋਰਸ ਹੈ 12ਵੀਂ ਤੁਸੀਂ ਸੁਪਰ ਮੈਡੀਕਲ ਕੀਤੀ ਹੈ ਐਂਡ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਬੈਸਟ ਕੋਰਸ ਫੋਰ ਯੂ ਇਜ਼ ਪ੍ਰੈਕਟੀਕਲ ਨਰਸਿੰਗ ਆਇਲਸ ਦੀ ਰਿਕੁਆਇਰਮੈਂਟ ਹੈ ਇਸ 'ਤੇ 6.5 ਨੋਟ ਲੈਸ ਦੈਨ 6 ਇਨ ਈਚ ਹੈ ਨੋਰਮਲੀ ਸਟੂਡੈਂਟਸ ਇੱਥੇ ਹੀ ਖਤਾ ਖਾਂਦੇ ਆ ਕਿ 6 ਈਚ ਨਹੀਂ ਹੈ ਇੱਥੇ ਰਿਕੁਆਇਰਮੈਂਟ ਇੱਥੇ 6.5 ਈਚ ਹੈ ਦੂਸਰੀ ਕਮੀ ਜਿਹੜੀ ਮੈਂ ਸਟੂਡੈਂਟਸ ਦੇਖਦਾ ਕਿ 12ਵੀਂ ਮੈਡੀਕਲ ਵਾਲਾ ਸਟੂਡੈਂਟ ਆ ਕਰਕੇ ਕਹੇਗਾ ਫਿਜ਼ਿਕ ਕੈਮਿਸਟਰੀ ਬਾਇਓ ਕੀਤੀ ਹੈ ਕਿ ਜੀ ਮੈਂ ਨਰਸਿੰਗ ਵਾਸਤੇ ਜਾਣਾ ਵਾ ਮੈਨੂੰ ਨਰਸਿੰਗ ਲੈ ਕੇ ਦਿਓ ਮਿਲ ਹੀ ਨਹੀਂ ਸਕਦਾ ਕਿਉਂਕਿ ਤੁਸੀਂ ਉੱਥੇ ਕਾਮਯਾਬ ਨਰਸ ਬਣ ਹੀ ਨਹੀਂ ਪਾਓਗੇ ਇਹਨਾਂ ਨੂੰ ਸੁਪਰ ਮੈਡੀਕਲ ਚਾਹੀਦਾ ਵਿਚ ਮੀਨਸ ਫਿਜ਼ਿਕ ਕੈਮਿਸਟਰੀ ਬਾਇਓ ਐਂਡ ਮੈਥਸ ਚਾਰੋਂ ਸਬਜੈਕਟ ਤੁਸੀਂ ਕੀਤੇ ਹੋਣੇ ਚਾਹੀਦੇ ਜੇਕਰ ਇਫ ਯੂ ਹੈਵ ਅ ਸੁਪਰ ਮੈਡੀਕਲ ਦੈਨ ਯੂ ਕੈਨ ਅਪਲਾਈ ਫੋਰ ਪ੍ਰੈਕਟੀਕਲ ਨਰਸਿੰਗ ਫੋਰ ਜਨਵਰੀ 2022 ਇਨਟੇਕ ਫੀਸ ਰੇਂਜ $18,000 ਤੋਂ ਲੈ ਕਰਕੇ $20,000 ਤੱਕ ਦੀ ਫੀਸ ਹੋਏਗੀ ਜਨਵਰੀ 2022 ਇਨਟੇਕ ਵਾਸਤੇ ਸ਼ੈਰਡਨ ਕਾਲਜ ਜਾਰਜ ਬਰਾਊਨ ਕਾਲਜ ਸੈਨਿਕਾ ਕਾਲਜ ਲੈਮਟਨ ਕਾਲਜ ਐਲਗਨਗਵਿਨ ਕਾਲਜ ਕੋਨਸਟੋਗਾ ਕਾਲਜ ਨਾਰਦਰਨ ਕਾਲਜ ਐਂਡ ਹੰਬਰ ਕਾਲਜ ਦੇ ਵਿੱਚ ਅਵੇਲੇਬਲ ਹੈ ਰਿਕੁਆਇਰਮੈਂਟ ਬਹੁਤ ਸਿੰਪਲ ਹੈ 12ਵੀਂ ਕੀਤੀ ਹੋਣੀ ਚਾਹੀਦੀ ਹੈ ਸੁਪਰ ਮੈਡੀਕਲ ਦੇ ਨਾਲ ਥੈਂਕ ਯੂ ਵੈਰੀ ਮੱਚ